ਲਓ ਵੀ ਮਿੱਤਰੋ, ਹੁਣੇ ਆ ਜੇ ਅਸੀਂ 2 ਘੰਟੇ ਪਹਿਲਾਂ ਪਾਣੀ ਛੱਡ ਕੇ ਗਏ ਤੇ ਸੇਮ ਨਾਲੇ 'ਚ ਪਾਣੀ ਪੈਂਦਾ ਸੀ। ਹੁਣ ਮੈਨੂੰ ਗੁੱਸਾ ਉਹਨਾਂ ਲੋਕਾਂ 'ਤੇ ਆਉਂਦਾ ਜਿਹੜੇ ਕਹਿ ਦਿੰਦੇ ਨਾ ਪਾਣੀ ਡੂੰਘਾ ਗਿਆ, ਚਲਾ ਪਾਣੀ ਬਚਾਓ ਸੇਵ ਵਾਟਰ। ਮਿੱਤਰੋ ਮਹੀਨਾ ਕੀ ਪਾਣੀ ਡੂੰਘਾ ਜਾਂਦਾ ਮੇਰੇ ਹਿਸਾਬ ਨਾਲ ਤਾਂ ਸਾਬੇ, ਹੈ ਨਾ ਝੋਨਾ ਲੱਗਣ ਤੋਂ। ਕੋਈ ਕਿਤੇ ਡੂੰਘਾ ਨਹੀਂ ਜਾਂਦਾ ਗਾ, ਟੱਪਾ ਮਾਰਿਆ ਆਪਣੇ ਦਾ ਪਾਣੀ ਆ ਜਾਂਦਾ ਹੈ। ਹੁਣ ਮਿੱਤਰੋ ਆਹ ਵੇਖੋ ਤੁਸੀਂ, ਆਹ ਸੇਮ ਨਾਲੇ 'ਚੋਂ ਪਹਿਲਾਂ ਹੀ ਪਾਣੀ ਕੱਢ ਕੇ ਗਏ। ਅਰ ਅੱਗੇ ਵਿਖਾਈਏ ਸਾਬੇ, ਚੱਲ ਯਾਰ। ਹੁਣ ਮੈਨੂੰ ਇਹ ਦੱਸੋ ਵੀ ਆਹ ਹੁਣ ਕੀ ਕਰਾਂਗੇ, ਸਾਨੂੰ ਤਾਂ ਮੈਨੂੰ ਲੱਗਦਾ 15-9 ਦੀ ਪਨੀਰੀ ਲਾਉਣੀ ਹੀ ਪੈਣੀ ਹੈ। ਕਿਉਂ ਸਾਬੇ ਆਈ, ਆਹ ਵੇਖੋ ਇੱਥੋਂ ਸਾਡਾ ਪਾਣੀ ਨਿਕਲਦਾ ਸੀ, ਹੁਣ ਪਾਣੀ ਪੈਣਾ ਸਟਾਰਟ ਹੋ ਗਿਆ ਅਤੇ ਉਹ ਵੇਖੋ ਜੀ ਸਾਰਾ ਵੱਧ ਗਿਆ। ਉਹ ਵੇਖੋ ਮੇਰੀ ਵੱਟ ਦੇ ਬਰਾਬਰ ਹੋ ਗਿਆ, ਆਹ ਝੋਨੇ ਦਾ ਨੁਕਸਾਨ ਪੂਰਾ। ਹਾਂਜੀ ਆਹ ਵੇਖ ਲਓ ਤੁਸੀਂ, ਇੱਥੋਂ ਪੈਣਾ ਸਟਾਰਟ ਹੋ ਗਿਆ, ਅੱਗੇ ਜਾ ਕੇ ਵੇਖ ਕੇ ਜੀ ਉੱਥੋਂ ਪੈਂਦਾ ਕਿ ਨਹੀਂ। ਸਾਬੇ ਆ ਜਾ। ਤਾਂ ਮਿੱਤਰੋ ਪਾਣੀ ਡੂੰਘੇ ਨਹੀਂ ਗਏ, ਪਾਣੀ ਬਹੁਤ ਆ, ਪਰ ਪਾਣੀ ਆਪਾਂ ਸੇਮ ਨਾਲ ਬਣਾ ਕੇ ਨਹਿਰਾਂ ਬਣਾ ਕੇ ਗਾਂ ਹੀ ਭੇਜੀ ਤੁਰੇ ਆਉਣੇ। ਨਹਿਰਾਂ ਪੱਕੀਆਂ ਕਰਤੀਆਂ, ਉਹ ਵੀ ਇੱਕ ਕਾਰਨ ਆ ਪਾਣੀ ਥੱਲੇ ਜਾਣ ਦਾ, ਹੈ ਨਾ। ਹਰ ਇੱਕ ਨਹਿਰ ਪੱਕੀ ਹੋ ਗਈ ਆ, ਹਰ ਇੱਕ ਨਹਿਰ ਦੇ ਵਿੱਚ ਮੋਟੇ ਮੋਟੇ ਕਾਗਜ਼ ਪਾਤੇ ਨੇ, ਉਹ ਵੀ ਇੱਕ ਬਹੁਤ ਵੱਡਾ ਕਾਰਨ ਆ ਪਾਣੀ ਨੀਚੇ ਜਾਣ ਦਾ। ਦੂਜੀ ਗੱਲ ਹੁਣ ਆਹ ਜਿਹੜਾ ਪਾਣੀ ਆ ਨਹਿਰ ਦਾ, ਬਹੁਤ ਵਧੀਆ ਸਾਫ਼ ਸੁਥਰਾ ਪਾਣੀ ਆ। ਸਰਕਾਰ ਨੂੰ ਕੀ ਕਰਨਾ ਚਾਹੀਦਾ, ਜਿਵੇਂ ਸਾਡਾ ਏਰੀਆ ਸ੍ਰੀ ਮੁਕਤਸਰ ਸਾਹਿਬ ਜਿੱਥੇ ਸੇਮ ਆ, ਇੱਥੇ ਘੱਟੋ ਘੱਟ ਸਰਕਾਰ ਨੂੰ ਜਿਹੜਾ ਉਹ ਕੀ ਹੁੰਦਾ, ਖੂਹ ਬਣਾਉਣੇ ਚਾਹੀਦੇ ਆ ਪਾਣੀ ਨੂੰ ਥੱਲੇ ਲਿਜਾਣ ਵਾਲੇ। ਕੀ ਕਹਿੰਦੇ, ਰੀਚਾਰਜ ਕਰਦੇ ਪਾਣੀ ਨੂੰ ਜਿਹੜਾ, ਕਿਉਂ ਸਾਬੇ ਇੱਥੇ ਚਾਹੀਦੇ ਖੂਹ ਰੀਚਾਰਜ ਕਰਨ ਵਾਸਤੇ ਪਾਣੀ ਵਾਸਤੇ ਹੈ। ਆਹ ਹੁਣ ਕਿੰਨਾ ਪਾਣੀ ਆ ਅਤੇ ਇਹ ਪਾਣੀ ਧਰਤੀ ਦੇ ਥੱਲੇ ਕਿਉਂ ਨਹੀਂ ਜਾ ਸਕਦਾ ਬਈ, ਜਿੱਥੇ ਪਤਾ ਵੀ ਸੇਮ ਆ ਉੱਥੇ ਮੋਟੇ ਮੋਟੇ ਖੂਹ ਬਣਾਏ ਜਾਣ ਅਤੇ ਆਹ ਸਾਰਾ ਪਾਣੀ ਧਰਤੀ ਦੇ ਹੇਠਾਂ ਭੇਜਿਆ ਜਾ ਸਕਦਾ, ਤਾਂ ਕਿਤੇ ਜਾ ਕੇ ਪਾਣੀ ਦੀ ਬੱਚਤ ਹੋ ਸਕਦੀ ਹੈ। ਹੁਣ ਆਹ ਮਿੱਤਰੋ ਵੇਖ ਲਓ ਤੁਸੀਂ ਪਾਣੀ ਦਾ ਗੁਰੂ ਆ ਮਨਜੀਤ, ਮਨਜੀਤ ਤੇਰਾ ਝੋਨਾ ਤਾਂ ਨਹੀਂ ਦਿਸਦਾ ਅੱਜ ਸ਼ਾਮ ਤੱਕ, ਪਾਣੀ ਦਾ ਸੇਮ ਨਾਲੇ ਦਾ ਨਿਕਲ ਕੇ ਪੈਣ ਲੱਗ ਗਿਆ ਮਿੱਤਰਾ ਆਪਣੇ, ਇਹਦੇ ਵੱਟ ਦੇ ਉੱਤੋਂ ਹੀ ਹੋ ਗਿਆ ਪ੍ਰਭੂ, ਵੱਟ ਦੇ ਉੱਤੋਂ ਹੀ ਹੋ ਗਿਆ। ਸਾਬੇ ਇਹ ਟੋਕਾਂ ਬੰਨ ਕੇ ਤੂੰ ਕੀ ਕਰੇਗਾ ਮਿੱਤਰੋ, ਮੈਂ ਇਹ ਗੱਲ ਕਹਿਣਾ ਵੀ ਕਈ ਬਹੁਤ ਫੇਸਬੁੱਕ ਵਿਦਵਾਨ ਕਹਿੰਦੇ ਰਹਿੰਦੇ ਵੀ ਇੰਨੇ ਕਿਊਸਿਕ ਟਨ ਪਾਣੀ ਥੱਲੇ ਗਿਆ ਚਲਾ ਅਤੇ ਇੰਨੇ ਕਿਊਸਿਕ ਟਨ ਉੱਧਰ ਗਿਆ ਚਲਾ ਅਤੇ ਇੰਨੇ ਕਿਊਸਿਕ ਟਨ ਇਹਨੂੰ ਗਿਆ ਚਲਾ। ਉਹਨਾਂ ਮਿੱਤਰਾਂ ਨੂੰ ਦੱਸ ਦਈਏ ਵੀ ਆਹ ਕਿੰਨੇ ਕਿਊਸਿਕ ਟਨ ਪਾਣੀ ਆ, ਇਹ ਆਹ ਵੇਖੋ ਜੀ ਇਹ ਹੁਣ ਜਾ ਰਿਹਾ ਦਰਿਆ ਦੇ ਵਿੱਚ ਅਤੇ ਦਰਿਆ ਤੋਂ ਜਾਊਗਾ ਪਾਕਿਸਤਾਨ ਵਿੱਚ। ਹੁਣ ਇਹ ਪਾਣੀ ਸੰਭਾਲਿਆ ਜਾ ਸਕਦਾ, ਰੀਚਾਰਜ ਨੂੰ ਕੀਤਾ ਜਾ ਸਕਦਾ, ਜਿੱਥੇ ਸੇਮ ਵਾਲੇ ਵਾਹਣ ਆ ਵੱਧ ਤੋਂ ਵੱਧ ਉੱਥੇ ਖੂਹ ਬਣਾਏ ਜਾਣ, ਡੂੰਘੇ ਖੂਹ ਬਣਾਏ ਜਾਣ, ਉਹਨਾਂ 'ਚ ਪਾਣੀ ਛੱਡਿਆ ਜਾਵੇ ਕਿੰਨਾ ਪਾਣੀ ਆ, ਹੈ ਨਾ। ਹੁਣ ਕਈ ਕਹਿੰਦੇ ਯਾਰ ਜ਼ਹਿਰਾਂ ਵਾਲਾ ਪਾਣੀ ਆ, ਕੁਛ ਨਹੀਂ ਹੁੰਦਾ ਯਾਰ, ਜਿਹੜਾ ਕੁਛ ਹੈਗਾ ਹੈਗਾ, ਹੁਣ ਇਹਦੇ 'ਚ ਕੀ ਜ਼ਹਿਰ ਹੋਊਗਾ ਦੱਸ, ਸਾਫ਼ ਸੁਥਰਾ ਪਾਣੀ ਆ ਬਿਲਕੁਲ। ਹਾਂਜੀ ਚਲੋ ਖੇਤਾਂ ਦਾ ਤਾਂ ਹੋਇਆ, ਵੈਸੇ ਖੇਤਾਂ ਦਾ ਵੀ ਪਾਣੀ ਥੱਲੇ ਹੀ ਜਾਂਦਾ। ਹਾਂਜੀ ਅਤੇ ਮੇਰੇ ਹਿਸਾਬ ਨਾਲ ਆਹ ਵੇਖੋ ਜੀ ਕਿੰਨੇ ਕਿੰਨੇ ਫੁੱਟ ਪਾਣੀ ਆ, ਆਹ ਵੇਖੋ ਫੁੱਟ ਫੁੱਟ ਪਾਣੀ ਆ, ਚੁਬਰੋ ਫੁੱਟ ਫੁੱਟ ਪਾਣੀ ਆ। ਇੱਥੇ ਆਣ ਕੇ ਹੁਣ 1 ਮਹੀਨਾ ਪਹਿਲਾਂ ਤਾਂ ਪਾਣੀ ਗਏ ਖਤਮ ਹੋ ਗਏ ਅਤੇ ਆਹ ਮਹੀਨੇ ਕੁ ਬਾਅਦ ਹੀ ਭੈਣ ਦੇ ਨਾ, ਆਹ ਵੇਖੋ ਹੁਣ ਕੀ ਬਣ ਗਿਆ, ਦਰਿਆ ਬਣ ਗਏ ਮਹੀਨੇ ਬਾਅਦ ਹੀ ਦਰਿਆ ਬਣ ਗਏ, ਦੇਖੋ ਹੁਣ ਕੀ ਕੀਤਾ ਜਾਵੇ। ਬਾਕੀ ਦੋਸਤੋ ਤੁਸੀਂ ਦੱਸੋ ਕਮੈਂਟਾਂ 'ਚ ਤੁਹਾਡਾ ਕੀ ਖਿਆਲ ਆ।